ਗੱਪ ਤੇ ਫੜ ਵਾਲਾ ਗਾਣਾ ਉਹ 12 ਤੋਂ 15 16 ਸਾਲ ਵਾਲਾ ਬੱਚਾ ਹੀ ਸੁਣ ਸਕਦਾ, ਤੁਸੀਂ ਮਚਿਓਰ ਅਵਸਥਾ ਚ ਗੱਪੀ ਗੀਤ ਨਹੀਂ ਸੁਣੋਗੇ। ਗੱਪੀ ਗੀਤ ਬਿਲਕੁਲ ਸਤਿ ਸ੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਵੀਡੀਓ ਲੈ ਕੇ ਆਏ ਹਾਂ ਜੀ ਬੱਬੂ ਮਾਨ ਸਾਹਿਬ ਦੀ, ਫਰੈਂਡਸ ਵਰਲਡ ਟੀਵੀ ਤੇ ਕਹਿ ਲਈਏ ਕਿ ਇੰਟਰਵਿਊ ਹੋਈ ਹੈ ਤੇ ਮੈਲਬੋਰਨ ਦੇ ਵਿੱਚ। ਆਓ ਚੈੱਕ ਕਰਦੇ ਹਾਂ ਕਿ ਵੀ ਕੀ ਇੰਟਰਵਿਊ ਦੇ ਵਿੱਚ ਗੱਲਬਾਤ ਹੋਣੀ ਕਰਦੀ ਹੈ। ਤੇ ਮੇਰੇ ਸਾਹਮਣੇ ਜਿਹੜੀਆਂ ਤਿੰਨ ਇੰਟਰਵਿਊ ਆ ਚੁੱਕੀਆਂ ਨੇ ਅਲੱਗ ਅਲੱਗ ਬੰਦਿਆਂ ਦੇ ਨਾਲ ਜਿਹੜੀਆਂ ਮਾਨ ਸਾਹਿਬ ਦੇ ਨਾਲ ਹੋਈਆਂ ਨੇ, ਤੇ ਗੱਲਬਾਤ ਕਰਨਾ ਕਰਦੇ ਹਾਂ ਉਹਨਾਂ ਤੇ। ਤੇ ਪਹਿਲੇ ਨੰਬਰ ਤੇ ਆਪਾਂ ਪਹਿਲੀ ਇੰਟਰਵਿਊ ਲੈ ਕੇ ਆ ਰਹੇ ਹਾਂ, ਫਿਰ ਬੈਕ ਟੂ ਬੈਕ ਅੱਗੇ ਆਪਾਂ ਦੋ ਇੰਟਰਵਿਊ ਤੇ ਹੋਰ ਰਿਐਕਸ਼ਨ ਕਰ ਦਾਂਗੇ। ਆਓ ਪਹਿਲਾਂ ਇਹਦੇ ਵਿੱਚ ਚੈੱਕ ਕਰਦੇ ਹਾਂ ਇਹਦੇ ਵਿੱਚ ਕੀ ਗੱਲਬਾਤ ਹੋਣਾ ਕਰਦੀ ਹੈ। ਤੇ ਆਓ ਸੁਣਨਾ ਕਰੀ। ਇੰਡਸ ਏਜੰਟ ਫਰੈਂਡਸ ਵਰਲਡ ਟੀਵੀ ਤੋਂ ਤੁਹਾਡਾ ਸਾਰਾ ਦਾ ਨਿੱਘਾ ਜਿਹਾ ਸਵਾਗਤ। ਅੱਜ ਮੇਰੇ ਨਾਲ ਨੇ ਲਿਵਿੰਗ ਲੈਜੈਂਡ, ਪ੍ਰੋਡਿਊਸਰ, ਡਾਇਰੈਕਟਰ, ਸਿੰਗਰ, ਸਭ ਕੁਝ, ਸਾਡੇ ਸਾਰਾ ਦਾ ਮਾਨ ਬੱਬੂ ਮਾਨ ਜੀ, ਤੁਹਾਡਾ ਆਸਟ੍ਰੇਲੀਆ ਦੀ ਸਿਡਨੀ ਧਰਤੀ ਦਾ ਤੁਹਾਡਾ ਸਵਾਗਤ। ਧੰਨਵਾਦ। ਸਭ ਤੋਂ ਪਹਿਲਾਂ ਮਾਨ ਸਾਹਿਬ, ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਯਾਦ ਦਿਲਾਵਾਂਗਾ ਕਿ ਦੂਰਦਰਸ਼ਨ ਦੇ ਵਿੱਚ 25 ਸਾਲ ਪਹਿਲਾਂ ਦੀ ਗੱਲ ਆ ਕਿ ਤੁਹਾਡੇ ਨਾਲ ਡਾਂਸ ਕਰਨ ਦਾ ਵੀ ਮੌਕਾ ਮਿਲਿਆ। ਮੈਂ ਤੁਹਾਡੇ ਡਾਂਸ ਦਾ ਬਹੁਤ ਵੱਡਾ ਫੈਨ ਹਾਂ, ਸਾਰੇ ਕਹਿੰਦੇ ਹੋਣਗੇ ਸਿੰਗਿੰਗ ਦੂਰਦਰਸ਼ਨ, ਮੈਂ ਤੁਹਾਡੇ ਡਾਂਸ ਦਾ ਬਹੁਤ ਫੈਨ ਹਾਂ। ਮੈਂ ਤੁਹਾਡੇ ਨਾਲ ਸਟੇਜ ਸਾਂਝਾ ਕੀਤਾ ਸੀਗਾ, ਜਸਵੰਤ ਦੀਦ ਡਾਇਰੈਕਟਰ ਹੁੰਦੇ ਸੀਗੇ, ਅਗਰ ਤੁਹਾਨੂੰ ਯਾਦ ਹੋ, ਤੁਹਾਡਾ ਸਟਾਈਲ ਕਿਹੜਾ ਹਮੇਸ਼ਾ ਹੀ ਡਿਫਰੈਂਟ ਰਿਹਾ, ਵੱਖਰਾ ਰਿਹਾ, ਉਹਦੇ ਵਾਸਤੇ ਅਸੀਂ ਇਹ ਤੁਹਾਡੇ ਬਹੁਤ ਵੱਡੇ ਫੈਨ। ਧੰਨਵਾਦ। ਅਤੇ ਅਗਰ ਇੱਕ ਤਾਂ ਸਭ ਤੋਂ ਪਹਿਲਾਂ ਕਿ ਤੁਹਾਡੇ ਕਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਆਪਣੇ ਈਵੈਂਟ ਹੋਏ ਨੇ, ਬਹੁਤ ਹੀ ਵਧੀਆ ਉਹਦਾ, ਉਹਨੂੰ ਬਹੁਤ ਹੀ ਵਧੀਆ ਓਂਕਾਰਾ ਮਿਲਿਆ ਆ, ਅਤੇ ਸਿਡਨੀ ਦੀ ਹੁਣ ਤਿਆਰੀ ਹੈ, ਕੀ ਚੀਜ਼ ਡਿਫਰੈਂਟ ਆ ਰਹੀ ਹੈ ਸਿਡਨੀ ਦੀ? ਕੁਛ ਨਹੀਂ, ਗਾਣੇ ਹੀ ਹੈ, ਸੁਣਾ ਦੇਣਾ ਤੁਹਾਨੂੰ। ਮਨ ਸਾਹਿਬ, ਕਿਹੜੀ ਕੀ ਮਿਊਜ਼ਿਕ ਇੰਡਸਟਰੀ ਆ ਕਿਹੜੀ ਪਿਛਲੇ 20-22-25 ਸਾਲਾਂ ਦੇ ਵਿੱਚ ਕਿਹੜੀ ਚੇਂਜ ਹੋਇਆ ਆ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਕਿਉਂਕਿ ਮੈਂ ਦੇਖਿਆ ਕਿ ਤੁਸੀਂ ਨਵੇਂ ਕਲਾਕਾਰਾਂ ਨੂੰ, ਨਵੇਂ ਸਿੰਗਰਸ ਨੂੰ ਹਮੇਸ਼ਾ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਚਾਂਸ ਦਿੱਤਾ ਜਾਂ ਉਹਨਾਂ ਨੂੰ ਅੱਗੇ ਲੈ ਕੇ ਆਇਆ, ਮੌਕਾ ਦਿੱਤਾ, ਅਤੇ ਮਿਊਜ਼ਿਕ ਇੰਡਸਟਰੀ ਕਿਸ ਤਰੀਕੇ ਨਾਲ ਚੇਂਜ ਹੋਈ ਹੁਣ ਦੀ ਅਤੇ ਪਹਿਲਾਂ ਦੀ? ਜਿਹੜਾ ਬੇਸਿਕਲੀ ਸੰਗੀਤ ਜਿਹੜੀ ਸੇਲ ਹੈ ਨਾ, ਉਹ ਮਤਲਬ ਜੇ ਸਹੀ ਸ਼ਬਦਾਂ 'ਚ ਕਹੀਏ ਉਹ ਡੈਡ ਸੇਲ ਆ ਹੁਣ ਸੰਗੀਤ ਦੀ। ਇਹ ਬਹੁਤੀਆਂ ਜਿਹੜੀਆਂ ਜਿਹੜਾ ਰੌਲਾ ਉਹ ਕਲਿੱਕਾਂ ਦਾ, ਉਹ ਕਈ ਵਾਰੀ ਆਪ ਹੀ ਲਾਉਣੀਆਂ ਪੈਂਦੀਆਂ ਉਹ ਲੋਕਾਂ ਨੂੰ। ਉਹਦੀ ਵਜ੍ਹਾ ਕਿਆ ਕਿ ਉਹਦੇ 'ਚ ਵਰਾਇਟੀ ਘੱਟ ਗਈ, ਗੱਪਾਂ 'ਤੇ ਫੜਾਂ ਵਾਲੇ ਗਾਣੇ ਜ਼ਿਆਦਾ। ਸਹੀ ਗੱਲ, ਜਿਹੜਾ ਗੱਪ 'ਤੇ ਫੜਾਂ ਵਾਲਾ ਗਾਣਾ ਉਹ 12 ਤੋਂ 15 16 ਸਾਲ ਵਾਲਾ ਬੱਚਾ ਹੀ ਸੁਣ ਸਕਦਾ, ਤੁਸੀਂ ਮਚਿਓਰ ਅਵਸਥਾ 'ਚ ਗੱਪੀ ਗੀਤ ਨਹੀਂ ਸੁਣੋਗੇ। ਗੱਪੀ ਗੀਤ ਬਿਲਕੁਲ ਸਹੀ ਗੱਲ, ਸਕੂਨ ਦਿੰਦਾ। ਪਰ ਕਿਉਂਕਿ ਇੰਟਰਨੈਟ 'ਤੇ ਜ਼ਿਆਦਾ ਬੱਚੇ ਹੈ, ਤੁਸੀਂ ਨਿੱਜੀ ਜ਼ਿੰਦਗੀ 'ਚ ਜਦੋਂ ਇੰਟਰਨੈਟ ਦੇਖਦੇ ਹੋ ਕੋਈ ਗਾਣਾ, ਤੁਸੀਂ ਕਿਤੇ ਬਹੁਤ ਰੇਅਰ ਕਮੈਂਟ ਕਰਦੇ ਹੋਣੇ, ਦੇਖ ਲੈਂਦੇ ਹੋ ਬਸ ਅੱਗੇ ਚਲੇ ਜਾਂਦੇ। ਕਮੈਂਟ ਵਾਲੀ ਉਹ ਨਹੀਂ ਬੱਚਿਆਂ ਦੀ ਆ, ਇਸ ਕਰਕੇ ਬਹੁਤ ਲੋਕਾਂ ਨੂੰ ਉਹੀ ਸਹੀ ਲੱਗਣ ਆ ਜਾਂਦਾ। ਬਟ ਇਹ ਹੌਲੀ ਹੌਲੀ ਚਲੋ ਚੇਂਜਸ ਆਉਂਦੀਆਂ ਰਹਿੰਦੀਆਂ, ਕਈ ਵਾਰੀ ਬੈਡ ਫੇਸ ਹੁੰਦਾ ਫਿਰ ਨਿਕਲ ਆਉਂਦਾ। ਤੁਸੀਂ ਆਸਟ੍ਰੇਲੀਆ ਦੀ ਧਰਤੀ 'ਤੇ ਆਏ, ਮੀਨਜ਼ ਲੂਨਾ ਪਾਰਕ ਵੀ ਆਏ ਸੀਗੇ, ਫਿਰ ਤੁਸੀਂ ਕਈ ਸ਼ੋਅ ਗਰਾਊਂਡ ਦੇ ਵਿੱਚ ਵੀ ਆਏ ਸੀ, ਹੁਣ ਹਿਲ ਸੈਂਟਰ 'ਚ ਹੁਣ ਜਾ ਰਿਹਾ, ਇੱਥੇ ਦਾ ਇੱਕ ਬੈਸਟ ਵੈਨਿਊ ਆ, ਅਤੇ ਪੂਰੇ ਸਿਡਨੀ ਵਾਲੇ ਬਲਕਿ ਤਾਂ ਇਹੀ ਕਹਿੰਦੇ ਆ ਕਿ ਮਾਨ ਸਾਹਿਬ ਦਾ ਸ਼ੋਅ ਹਰ ਸਾਲ ਹੋਣਾ ਚਾਹੀਦਾ, ਅਤੇ ਹੁਣ ਕਾਫੀ ਦੇਰ ਬਾਅਦ ਆਏ ਹੋ। ਲੇਟ ਹੋ ਗਿਆ, ਹਾਂ ਮੈਂ ਥੋੜ੍ਹਾ ਜਿਹਾ ਪਤਾ ਨਹੀਂ ਮੇਰੀ ਕਮੀ ਹੋ ਸਕਦੀ ਹੈ, ਮੈਂ ਕਈ ਵਾਰੀ ਜਦੋਂ ਕੰਮ ਮੇਰੇ ਕੋਲ ਹੋ ਜਾਂਦਾ ਫਿਰ ਮੈਂ ਉਹ ਕਹਿੰਦਾ ਨਾ ਚੱਲ ਹੁਣ ਥੋੜ੍ਹਾ 6 ਮਹੀਨੇ ਬੰਦ ਕਰ ਲਈ, ਹੁਣ ਲਿਖ ਲਈਏ ਪੜ੍ਹ ਲਈਏ ਕੁਛ ਇੱਦਾਂ ਦਾ। ਬਟ ਇੱਥੇ ਮੈਨੂੰ ਇਹੀ ਸ਼ਿਕਾਇਤ ਮਿਲੀ ਹੈ ਵੀ ਤੁਸੀਂ ਬਹੁਤ ਦੇਰ ਬਾਅਦ ਕਿਉਂ ਆਏ ਹੋ, ਇੰਗਲੈਂਡ ਬਹੁਤ ਸਾਲ ਹੋ ਗਏ ਗਏ ਹੀ ਨਹੀਂ, ਕੈਨੇਡਾ ਐਤਕੀ ਜਾਣਾ ਸੀ, ਮੈਂ ਚੱਲ ਅਗਲੇ ਸਾਲ ਹੀ ਚੱਲਾਂ ਗਿਆ।
ਮੇਰੀ ਹੈਬਿਟ ਹੈ, ਮੈਨੂੰ ਲੱਗਦਾ ਚਲੋ ਕੋਈ ਨਹੀਂ ਹੋਰ ਅੱਛੇ ਗਾਣੇ ਕਰ ਲਈਏ, ਸੁਣਨ ਵਾਲੇ ਹੋਰ ਵਧੀਆ ਚੀਜ਼ਾਂ ਤਿਆਰ ਕਰ ਲਈਏ। ਮਿੱਤਰਾਂ ਦੀ ਛਤਰੀ ਤੇ ਸੌਣ ਦੀ ਚੜੀ ਤੇ ਹੋਰ ਵੀ ਕਿੰਨੇ ਹੀ ਗਾਣੇ ਕਿਹੜੇ ਸਾਰਿਆਂ ਦੇ ਦਿਲ ਦੇ ਕਰੀਬ ਹੈ, ਹਰ ਬੰਦਾ ਉਹ ਗਾਣਿਆਂ ਨੂੰ ਯਾਦ ਕਰਦਾ, ਕਿਹੜੇ ਕਿ ਮੈਨੂੰ ਲੱਗਦਾ ਕਿ ਪੂਰਾ ਪੂਰਾ ਦੁਨੀਆ ਪੂਰਾ ਹਿੰਦੁਸਤਾਨ ਉਸ ਟਾਈਮ ਉਹ ਗਾਣਿਆਂ ਦੇ ਉੱਤੇ ਸਾਲੋ ਸਾਲ ਨੱਚਿਆ ਆ। ਅਤੇ ਅਜੇ ਵੀ ਦੇ ਵਿੱਚ ਵੀ ਅਗਰ ਮੈਂ ਤੁਹਾਨੂੰ ਕੋਈ ਇੱਕ ਯਾਦਗਾਰ ਕਿਹੜੀ ਦੂਰਦਰਸ਼ਨ ਦੀ ਕਿਤਾਬ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਤੁਹਾਡਾ ਇੱਕ ਡਿਫਰੈਂਟ ਸਟਾਈਲ ਹੈ ਡਾਂਸ ਦਾ ਵੀ, ਕਿਹੜੇ ਮਸਤ ਹੋ ਕੇ ਤੁਸੀਂ ਡਾਂਸ ਵੀ ਕਰਦੇ ਸੀਗੇ, ਅਤੇ ਕੋਈ ਇੱਦਾਂ ਦਾ ਸਟੈਪ ਕੋਈ ਇੱਦਾਂ ਦੀ ਚੀਜ਼ ਕਿਹੜੀ ਤੁਸੀਂ ਥੋੜ੍ਹਾ ਜਿਹਾ ਦੱਸ ਸਕੋ? ਕੋਈ ਨਹੀਂ, ਆਪਾਂ ਕਰਾਂਗੇ ਸਟੇਜ ਤੋਂ, ਤੁਹਾਨੂੰ ਬੁਲਾ ਲਾਂਗੇ, ਇਕੱਠੀ ਕਰਾਂਗੇ। ਅਤੇ ਇਹ ਬੜੀ ਮਾਣ ਦੀ ਗੱਲ ਹੈ, ਅਤੇ ਮਾਨ ਸਾਹਿਬ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਸਿਡਨੀ ਦੀ ਧਰਤੀ 'ਤੇ ਆ ਕੇ। ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਬੁਲਾਇਆ, ਅਸੀਂ ਬੜੇ ਭਾਗ ਵਾਲੇ, ਨਹੀਂ ਤਾਂ ਕੋਈ ਅੱਜ ਕੱਲ੍ਹ ਤਾਂ ਰਿਸ਼ਤੇਦਾਰ ਨੂੰ ਯਾਦ ਨਹੀਂ ਕਰਦਾ, ਅਸੀਂ ਭਾਗ ਵਾਲੇ, ਤੁਸੀਂ ਸਾਨੂੰ ਯਾਦ ਕਰ ਰਹੇ ਵੀ ਅਸੀਂ ਕਿਵੇਂ, ਇਹ ਬਹੁਤ ਵੱਡੀ ਗੱਲ ਹੈ। ਮਾਨ ਸਾਹਿਬ ਅਸੀਂ ਇਹੀ ਕਹਾਂਗੇ ਕਿ ਤੁਸੀਂ ਹਰ ਸਾਲ ਸਾਡੇ ਕੋਲ ਇੱਥੇ ਆਓ, ਅਤੇ ਅਸੀਂ ਬਣਾਉਂਦੇ ਹੁਣ ਅਸੀਂ ਸਰਕਲ ਹੀ ਬਣਾ ਲੈਣਾ ਵੀ ਅਸੀਂ ਕੱਢਿਆ ਕਰੀਏ ਕੋਈ, ਜਿੱਦਾਂ ਹੁਣ ਯੂਰਪ ਗਏ ਬਹੁਤ ਸਾਲ ਤੋਂ, ਮੈਂ ਕਿਹਾ ਕਿ ਆਪਾਂ ਜਾਣਾ ਇੱਥੇ ਯਾਰ, ਅਤੇ ਫਿਲਮਾਂ ਵੱਲ ਵੀ ਥੋੜ੍ਹਾ ਜਿਹਾ ਦੁਬਾਰਾ ਸ਼ੁਰੂ ਕਰਦੇ ਹਾਂ ਭਾਰੀ, ਕਿਉਂਕਿ ਤੁਹਾਡੀ ਫਿਲਮਾਂ ਦਾ ਹਮੇਸ਼ਾ ਹੀ ਇੰਤਜ਼ਾਰ ਰਿਹਾ ਆ, ਕਿਉਂਕਿ ਤੁਹਾਡੇ ਜਦ ਵੀ ਕੰਮ ਕੀਤਾ ਬਹੁਤ ਕੰਮ ਕਰਦੇ ਹਾਂ ਨਾ, ਕਈ ਵਾਰੀ ਜਿੱਦਾਂ ਮੈਂ ਜਦੋਂ ਗਾਉਣ ਲੱਗਿਆ ਮੈਂ ਸਾਰੇ ਕੰਮ ਇਕੱਲੇ ਹੀ ਸੀ, ਮੇਰੇ ਨਾਲ ਜਿਹੜੀ ਮੇਰੇ ਨਾਲ ਬਹੁਤੇ ਬੰਦੇ ਸੀ ਉਹ ਇਸ ਪੇਸ਼ੇ ਨਾਲ ਜੁੜੇ ਹੋਏ ਨਹੀਂ ਸੀ, ਵੈਸੇ ਸੱਜਣ ਮਿੱਤਰ ਸੀ, ਉਹਨਾਂ 'ਚ ਕੁਛ ਚੰਗੇ ਸੀ ਕੁਛ ਮਾੜੇ ਸੀ। ਅਤੇ ਜਦੋਂ ਪਹਿਲਾਂ ਮੈਂ ਗਾਉਣ ਲੱਗਿਆ ਉਹ ਤੋਂ ਅਗਲੇ ਸਾਲ ਅਸੀਂ ਹਵਾਏ ਬਣਾਈ, ਫਿਰ ਬੰਬੇ ਵਾਲਾ ਮੈਨੂੰ ਸਿਸਟਮ ਥੋੜ੍ਹਾ ਜਿਹਾ ਨਹੀਂ ਜੰਮਦਾ ਸੀ, ਫਿਰ ਮੈਂ ਪੰਜਾਬ ਆ ਕੇ ਪ੍ਰੋਡਕਸ਼ਨ ਹਾਊਸ ਬਣਾਇਆ, ਫਿਰ ਕਾਫੀ ਸਾਲ ਅਸੀਂ ਉਹ ਕਰਦੇ ਰਹੇ, ਫਿਰ ਇੱਕ ਫਿਲਮ ਸਾਨੂੰ ਬਹੁਤ ਲੋਸ ਵੀ ਹੋਇਆ ਸੀ, ਉਹ ਥੀਏਟਰ ਉਹਨੂੰ ਥੀਏਟਰ ਹੀ ਨਹੀਂ ਮਿਲੇ ਸਾਨੂੰ, ਉਹਦਾ ਨਾਂ ਇੱਦਾਂ ਦਾ ਸੀ, ਉਹ ਤੋਂ ਬਾਅਦ ਫਿਰ ਕਰੋਨਾ ਆ ਗਿਆ, ਫਿਰ ਉਹ ਤੋਂ ਬਾਅਦ ਫਿਰ ਸ਼ਾਇਦ ਹਿੱਟ ਪਛੜ ਗਏ ਸੀ, ਫਿਰ ਸ਼ੋਆਂ ਨੂੰ ਅਸੀਂ ਨਿਕਲ ਗਏ। ਅਤੇ ਜਿੱਦਾਂ ਦੀਆਂ ਫਿਲਮਾਂ ਅਸੀਂ ਚਾਹੁੰਦੇ ਸੀ ਉੱਦਾਂ ਉੱਦਾਂ ਦੀਆਂ ਕਹਾਣੀਆਂ ਜਿਹੜੀਆਂ ਨਵੇਂ ਬੱਚੇ ਲਿਖਦੇ ਸੀ ਉਹ ਨਹੀਂ ਲਿਖਦੇ ਸੀ, ਹੋਰ ਤਰ੍ਹਾਂ ਦਾ ਉਹਨਾਂ ਦਾ ਨਜ਼ਰੀਆ ਸੀ। ਫਿਰ ਹੁਣ ਅਸੀਂ ਆਪ ਦੁਬਾਰਾ ਪ੍ਰੋਡਕਸ਼ਨ ਸ਼ੁਰੂ ਕਰਿਆ, ਹੁਣ ਅਸੀਂ 5 ਫਿਲਮਾਂ ਆਲਮੋਸਟ ਲਿਖਾ ਲਈਆਂ, 5 ਆ ਰਹੀਆਂ ਜੇ, ਇਹ ਖੜਕੋਂ ਦੀ ਫਿਲਮ ਹੈ, ਪੰਜ ਫਿਲਮਾਂ ਤਿਆਰ ਰਹੋ, ਇੱਕ ਪੇਂਡੂ ਵਾਤਾਵਰਨ 'ਤੇ ਅਸੀਂ, ਤੁਸੀਂ ਪੂਰੀ ਦੁਨੀਆ 'ਚ ਘੁੰਮ ਇਕੱਠੀਆਂ ਹੀ, ਇੰਡੀਆ ਦੇ ਵਿੱਚ ਤੁਸੀਂ ਜਦ ਮੋਹਾਲੀ ਅਤੇ ਆਪਣੇ ਘਰ ਰਹਿੰਦੇ ਹੋ, ਅਤੇ ਮੈਨੂੰ ਇੱਕ ਗੱਲ ਪਤਾ ਲੱਗੀ ਜਦ ਤੁਸੀਂ ਛੋਟੇ ਸੀਗੇ ਅਤੇ ਇੰਸਟਰੂਮੈਂਟਸ ਤੋਂ ਪਹਿਲਾਂ ਭਾਂਡਿਆਂ ਦੇ ਨਾਲ ਮਿਊਜ਼ਿਕ ਵਜਾਉਂਦੇ ਸੀ, ਅਤੇ ਇਹ ਨਾਲ ਤਾਲਾਂ ਇੱਦਾਂ ਹੀ ਬਣੀਆਂ ਨਾ, ਉਹ ਜਿਹੜਾ ਪਿਆਨੋ ਦਾ ਜਿਹੜਾ ਜਿਹੜੇ ਸੁਰ ਬਣਾਏ ਸੀ ਉਹ ਲੋਹਾਰ ਦੀ ਟਕ ਟਕ ਤੋਂ ਬਣੇ ਸੀ, ਆਇਰਨ ਕੁੱਟਦਾ ਸੀ ਬੰਦਾ, ਜਦੋਂ ਪਤਲੀ ਚੀਜ਼ ਚੰਡਦਾ ਸੀ ਹੋਰ ਤਰ੍ਹਾਂ ਦੀ ਸਾਊਂਡ ਸੀ, ਜਦੋਂ ਮੋਟੀ ਚੰਡਦਾ ਸੀ ਹੋਰ ਤਰ੍ਹਾਂ ਦੀ ਸਾਊਂਡ ਸੀ, ਇੱਦਾਂ ਹੀ ਸੰਗੀਤ ਨੇ ਸ਼ੇਪ ਲਈ, ਸੰਗੀਤ ਇੱਦਾਂ ਨਿੱਜੀ ਜ਼ਿੰਦਗੀ 'ਚ ਸ਼ੇਪ ਲੈਂਦਾ। ਅਤੇ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ, ਜਿਵੇਂ ਘੜਿਆ ਕਈ ਵੀ ਹੁੰਦੇ ਨੇ ਨਾ, ਕਿ ਤੁਹਾਡੀ ਆਉਣ ਵਾਲੇ ਸਾਰੇ ਪ੍ਰੋਜੈਕਟਸ ਫਿਲਮਾਂ ਵੀ ਅਸੀਂ ਇੰਤਜ਼ਾਰ ਕਰਾਂਗੇ, ਬੱਬੂ ਮਾਨ ਜੀ ਦੀਆਂ ਫਿਲਮਾਂ ਦਾ ਅਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਸਿਡਨੀ ਦੇ ਸ਼ੋਅ ਦਾ। ਜੀ ਜੀ, ਅਤੇ ਬਹੁਤ ਬਹੁਤ ਧੰਨਵਾਦ ਇੰਡਸ ਏਜੰਟ ਫਰੈਂਡਸ ਵਰਲਡ ਟੀਵੀ ਤੋਂ, ਮੈਂ ਵਰੁਣ ਤਿਵਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗਾ, ਧੰਨਵਾਦ ਤੁਸੀਂ, ਅਤੇ ਤੁਸੀਂ ਸਿਡਨੀ ਦੇ ਸਾਰੇ ਵਿਊਜ਼ ਨੂੰ ਕੀ ਕਹਿਣਾ ਚਾਹੋਗੇ? ਬਸ ਆ ਜਾਣਾ, ਉਹਨਾਂ ਨੂੰ ਚਿੰਤਾ ਨਾ ਕਰੋ ਤੁਸੀਂ, ਆਪਾਂ ਨੂੰ ਚਾਹੁੰਦੇ ਉਹਨਾਂ ਨੇ ਆ ਜਾਣਾ। ਅਤੇ ਦੋਸਤੋ ਅੱਜ ਮੈਂ ਵਰੁਣ ਤਿਵਾਰੀ ਅਤੇ ਮੇਰੇ ਨਾਲ ਬੱਬੂ ਮਾਨ, ਇਹ ਸੀ ਜੀ ਮਾਨ ਸਾਹਿਬ ਦੀ ਇੰਟਰਵਿਊ ਜਿਹਦੇ ਵਿੱਚ ਬੜੀਆਂ ਪਿਆਰੀਆਂ ਕਹਿ ਲਈਏ ਗੱਲਾਂ ਕਰ ਰਹੀਆਂ, ਪਹਿਲਾਂ ਤਾਂ ਮਿਊਜ਼ਿਕ ਦੀ ਗੱਲ ਚੱਲਦੀ ਹੈ ਕਿ ਮਿਊਜ਼ਿਕ ਅੱਜ ਦੇ ਹਿਸਾਬ ਦੇ ਨਾਲ ਕਿਸ ਤਰ੍ਹਾਂ, ਕਿ ਅੱਜ ਦੇ ਨਾਲ ਮਾਨ ਸਾਹਿਬ ਨੇ ਗੱਲ ਕੀਤੀ ਕਿ ਜਿਹੜੇ ਮਿਊਜ਼ਿਕ ਆ ਰਹੇ ਗਾਣੇ ਆ ਰਹੇ ਆ ਉਹ ਕਈ ਗਾਣੇ ਇਹੋ ਜਿਹੇ ਨੇ
ਜਿਹੜੇ ਗੱਪਾਂ ਕਹਾਣੀਆਂ ਵਾਲੇ ਇਹ ਦੇ ਸੌਂਗ ਨੇ, ਅਤੇ ਕਹਿ ਲਈਏ ਕਿ ਕਈ ਮਚਿਓਰ ਹੋਣ ਵਾਲੇ ਸੌਂਗ ਨੇ ਜਦੋਂ 18+ ਤੋਂ ਜ਼ਿਆਦਾਤਰ ਹੁਣ, ਕਿਉਂਕਿ ਯੂਟਿਊਬ ਵੀ ਪਹਿਲੇ ਜਿਹੜੇ ਸੀ ਜਦੋਂ ਕਹਿ ਲਈਏ ਕਿ ਆਪਣੇ 95-90 ਦਾ ਸਮਾਂ ਸੀ, ਉਦੋਂ ਲੋਕਾਂ ਦੇ ਕੋਲ ਯੂਟਿਊਬ ਮੋਬਾਈਲ ਇਹ ਚੀਜ਼ਾਂ ਕੁਝ ਨਹੀਂ ਹੁੰਦੀਆਂ ਸੀ। ਹੌਲੀ ਹੌਲੀ ਇਹ ਚੀਜ਼ਾਂ ਟੈਕਨੋਲੋਜੀ ਆਈ ਅਤੇ ਟੈਕਨੋਲੋਜੀ ਦੇ ਨਾਲ ਹੌਲੀ ਹੌਲੀ ਉਹ ਬੰਦੇ ਜ਼ਿਆਦਾਤਰ ਜੁੜੇ ਨੇ ਜਿਹੜੇ ਕਹਿ ਲਈਏ ਕਿ 2000 ਮਾਡਲ ਤੋਂ ਬਾਅਦ ਦੇ ਬੱਚੇ ਨੇ ਜਾਂ ਕਿੱਦਾਂ ਨੇ, ਅਤੇ ਉਹ ਸਿੱਧੇ ਹੀ ਜ਼ਿਆਦਾਤਰ ਕਹਿ ਲਈਏ ਕਿ 18+ ਤੋਂ ਥੋੜ੍ਹੇ ਥੱਲੇ ਵਾਲੇ ਨੇ ਜਾਂ ਉਹ ਜ਼ਿਆਦਾਤਰ ਜੁੜੇ ਨੇ ਜਿਹੜੇ ਕਹਿ ਲਈਏ ਕਿ ਮਚਿਓਰ ਗਾਣੇ ਫਿਰ ਜਿਹੜੇ ਸੁਣਦੇ ਉਹ ਜਿਹੜੇ ਮਚਿਓਰ ਹੁੰਦੇ ਨੇ ਉਹ ਤਾਂ ਇਹ ਸੁਣਦੇ ਨੇ ਕਿ ਸਾਨੂੰ ਸਕੂਨ ਵਾਲਾ ਮਿਲੇ, ਵਧੀਆ ਮਤਲਬ ਕਿ ਕੋਈ ਸਿਖਾ ਕੇ ਜਾਵੇ। ਅਤੇ ਕਈ ਜਿਹੜੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਹਿ ਲਈਏ ਫੜਾਂ ਵਾਲੇ, ਜੇਲ੍ਹਾਂ ਵਾਲੇ, ਲੜਾਈਆਂ ਵਾਲੇ, ਝਗੜਿਆਂ ਵਾਲੇ, ਕਿਉਂਕਿ ਉਹਨਾਂ ਦੀ ਲਾਈਫ ਹੀ ਇਸ ਦੌਰ 'ਚੋਂ ਗੁਜ਼ਰ ਰਹੀ ਹੁੰਦੀ ਹੈ। ਕੋਈ ਕਾਲਜਾਂ ਵਿੱਚ ਹੈ, ਕੋਈ ਯੂਨੀਵਰਸਿਟੀਆਂ ਵਿੱਚ ਹੈ, ਕੋਈ ਕਿਸ ਤਰੀਕੇ ਨਾਲ, ਕੋਈ ਪ੍ਰਧਾਨਗੀਆਂ ਦੇ ਲੜਾਈ ਕਦੇ ਕਿਤੇ ਲੜਾਈ। ਸੋ ਇਸ ਕਰਕੇ ਡਿਮਾਂਡ ਜਦੋਂ ਉਸ ਚੀਜ਼ ਦੀ ਹੁੰਦੀ ਹੈ, ਲੋਕ ਤਾਂ ਕਰਕੇ ਇਹੋ ਜਿਹੇ ਸਿੰਗਿੰਗ ਵਗੈਰਾ ਸੌਂਗ ਵਗੈਰਾ ਕੱਢਦੇ ਨੇ। ਅਤੇ ਇਸ ਕਰਕੇ ਜ਼ਿਆਦਾਤਰ ਮਾਨ ਸਾਹਿਬ ਦੇ ਕਈ ਸੌਂਗ ਜ਼ਿਆਦਾਤਰ ਹੁੰਦੇ ਨੇ ਉਹ ਮਚਿਓਰ ਬੰਦਿਆਂ ਵਾਸਤੇ ਜਾਂ ਕਹਿ ਲਈਏ ਕਿ ਉਹਨਾਂ ਵਾਸਤੇ ਸੌਂਗ ਹੁੰਦੇ ਨੇ ਜਿਹੜਾ ਕੁਝ ਸਿੱਖਣਾ ਚਾਹੁੰਦੇ ਹੁੰਦੇ ਨੇ। ਅਤੇ ਅੱਗੇ ਮਾਨ ਸਾਹਿਬ ਦੀ ਗੱਲ ਚੱਲਦੀ ਹੈ, ਫਿਲਮਾਂ ਦੀ ਗੱਲ ਲੈ ਕੇ ਚੱਲਦੀ ਹੈ, ਅਤੇ ਗੱਲ ਕੀਤੀ ਹੈ ਕਿ ਖਾੜਕੂਆਂ 'ਤੇ ਵੀ ਮੂੜੀ ਆ ਰਹੀ ਹੈ, ਪਿੰਡ ਦੇ ਵਾਤਾਵਰਨ 'ਤੇ ਵੀ ਮੂੜੀ ਆ ਰਹੀ ਹੈ। ਇਹ ਸਾਰੀਆਂ ਇੱਕ ਸਮਾਜ ਨੂੰ ਇੱਕ ਚੰਗੀ ਦੇਣ ਵਾਲੀਆਂ ਮੂਵੀਆਂ ਨੇ, ਮਤਲਬ ਕਿ ਉਹ ਨਹੀਂ ਕਿ ਲਵ ਸਟੋਰੀ ਜਾਂ ਇਹ ਸਰ, ਕਿਉਂਕਿ ਮਾਨ ਸਾਹਿਬ ਨੇ ਆਪਣੇ ਪਿਛਲੀ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਮੇਰੀਆਂ ਜਿੰਨੀਆਂ ਵੀ ਮੂਵੀਆਂ ਹੋਣਗੀਆਂ ਉਹ ਸਾਰੀਆਂ ਮੂਵੀਆਂ ਜ਼ਿਆਦਾਤਰ ਸੀਰੀਅਸ ਮੈਟਰ 'ਤੇ ਹੁੰਦੀਆਂ ਨੇ। ਕੋਈ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਕਾਮੇਡੀ ਮੂਵੀਆਂ ਤੁਹਾਨੂੰ ਮਿਲ ਗਈਆਂ, ਪਰ ਹੁਣ 5 ਮੂਵੀਆਂ ਕਿਹੜੀਆਂ ਕਿਹੜੀਆਂ ਆ ਰਹੀਆਂ ਨੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਹੋਵੇ ਉਹ ਵੀ ਦੱਸਿਓ। ਬਾਕੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਬਾਬਿਆਂ 'ਤੇ ਵੀ ਸੌਂਗ ਆ ਰਿਹਾ ਹੈ, ਬਾਬਿਆਂ ਦਾ ਵੀ ਕਾਲਮ ਬਣ ਕੇ ਮੱਭੂ ਮਾਨ ਆ ਰਿਹਾ ਹੈ। ਸੋ ਦੱਸਣਾ ਉਹ ਸੌਂਗ ਦੀ ਕਦੋਂ ਦੀ ਤਿਆਰੀ ਹੈ, ਕਦੋਂ ਆ ਸਕਦਾ ਹੈ ਉਹ ਸੌਂਗ। ਸੋ ਇਹ ਸੀ ਇੰਟਰਵਿਊ ਫਸਟ, ਅਤੇ 2 ਇੰਟਰਵਿਊ ਹੋਰ ਰਹਿ ਗਈਆਂ ਨੇ, ਆਪਾਂ ਉਹਨਾਂ 'ਤੇ ਵੀ ਰਿਐਕਟ ਕਰਾਂ। ਸੋ ਦੱਸਣਾ ਇੰਟਰਵਿਊ ਕਿਵੇਂ ਦੀ ਲੱਗੀ, ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੀ ਹੈ। ਸਤਿ ਸ਼੍ਰੀ ਅਕਾਲ।